ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕਰੀਬ 10 ਤੋਂ 14 ਅਧਿਕਾਰੀਆਂ ਨੇ ਰਾਬਰਟ ਵਾਡਰਾ ਦੇ ਦਫ਼ਤਰ ਵਿੱਚ ਛਾਪੇਮਾਰੀ ਕੀਤੀ। ਸ਼ਨੀਵਾਰ ਸਵੇਰੇ ਤਕਰੀਬਨ 3 ਵਜੇ ਤੱਕ ਛਾਪੇਮਾਰੀ ਕਰਕੇ ਅਧਿਕਾਰੀ ਦਫ਼ਤਰ ਵਿੱਚੋਂ ਬਾਹਰ ਨਿਕਲੇ। ਦਰਅਸਲ ਸ਼ੁੱਕਰਵਾਰ ਨੂੰ UPA ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਰਾਬਰਟ ਵਾਡਰਾ ਦੀਆਂ ਕੰਪਨੀਆਂ ਤੇ ਉਹਨਾਂ ਦੇ ਕਰੀਬੀਆਂ ਦੇ ਟਿਕਾਣਿਆਂ ਤੇ ED ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਛਾਪੇ ਰੱਖਿਆ ਸੌਦੇ ਵਿੱਚ ਕੁਝ ਲੋਕਾਂ ਵੱਲੋਂ ਕਥਿਤ ਰਿਸ਼ਵਤ ਲੈਣ ਸੰਬੰਧੀ ਕੀਤੀ ਗਈ ਹੈ। ਦਿੱਲੀ ਦੇ ਸੁਖਦੇਵ ਵਿਹਾਰ ਸਥਿਤ ਦਫ਼ਤਰ ਕਮ ਹੋਮ ਵਿੱਚ ਕੱਲ੍ਹ ਸਵੇਰੇ ਤਕਰੀਬਨ 9:30 ਵਜੇ ਤੋਂ ਹੀ ED ਦੀ ਟੀਮ ਛਾਪੇਮਾਰੀ ਕਰਨ ਲਈ ਪੁੱਜ ਗਈ ਸੀ। ਲਗਭਗ 15-16 ਘੰਟਿਆਂ ਤੋਂ ਬਾਅਦ ਵਾਡਰਾ ਦੇ ਦਫ਼ਤਰ ਵਿੱਚ ਕੁਝ ਹਰਕਤ ਹੋਈ। ED ਦੀ ਟੀਮ ਨੇ ਵਾਡਰਾ ਦੇ ਦਫ਼ਤਰ ਵਿੱਚੋਂ 3 ਸਫੈਦ ਸੇਡਾਨ ਗੱਡੀਆਂ ਦੀਆਂ ਡਿੱਗੀਆਂ ਵਿੱਚ ਕਈ ਫਾਈਲਾਂ ਅਤੇ 3 ਸੀਲ ਕੀਤੇ ਹੋਏ ਲੱਕ ਰਖਵਾਏ। ਵਾਡਰਾ ਦੇ ਦਫ਼ਤਰ ਦੀ ਪਹਿਲੀ ਅਤੇ ਦੂਜੀ ਦੋਵਾਂ ਮੰਜ਼ਰਾਂ ਦੀ ਛਾਨਬੀਣ ਵੀ ਕੀਤੀ ਗਈ। ਕਈ ਕੰਪਿਊਟਰਾਂ ਤੋਂ ਹਾਰਡ ਡਿਸਕ, ਕਈ ਕੰਪਨੀਆਂ ਦੇ ਕਾਗਜ਼ਾਤ, ਪੈਨ ਡਰਾਈਵਜ਼ ਅਤੇ ਹੋਰ ਚੀਜ਼ਾਂ ਨੂੰ ਵੀ ਜ਼ਬਤ ਕੀਤਾ ਗਿਆ ਹੈ।